ਵਾਹਿਗੁਰੂ ਜੀ ਕੀ ਫਤਿਹ। ਆਪਣਾ ਵੀਰ ਜੀ ਕੰਮ ਹੈ ਮਾਨ ਮੋਡੀਫਾਇਰ ਦੇ ਨਾਮ ਤੋਂ ਦੀਪਾਂ ਚੌਂਕੇ ਤਿਆਰ ਕਰਨ ਦਾ, ਅਬੋਹਰਾ ਆਪਣਾ ਕੰਮ। ਅਤੇ ਬਾਈ ਜੀ, ਬਾਈ ਹੁਣਾਂ ਨਾਲ ਪ੍ਰੇਮ ਬਹੁਤ ਸੀਗਾ, ਬਹੁਤ ਪਿਆਰ ਸੀ ਬਾਈ ਹੁਣੇ। ਮਤਲਬ ਜਦੋਂ ਵੀ ਮਿਲਦੇ ਸਾਨੂੰ ਉਹਨਾਂ ਨੂੰ ਪਛਾਣ ਇੱਦਾਂ ਆ ਗਈ ਸੀ ਵੀ ਚੌਂਕੇ ਵਾਲੇ ਬਾਈ ਕਹਿੰਦੇ ਹੁੰਦੇ ਸਾਨੂੰ, ਬੋਹਰ ਤੋਂ ਕਹਿੰਦੇ ਬੋਹਰ ਤੋਂ ਆ ਗਏ ਚੌਂਕੇ ਵਾਲੇ। ਅਤੇ ਪਿਆਰ ਇੱਦਾਂ ਪਿਆ ਬਾਈ ਜੀ, ਮਤਲਬ ਜਿਵੇਂ ਤੁਸੀਂ ਦੱਸਿਆ ਹੀ ਸੁਣਿਆ ਹੀ ਆ ਬਾਈ ਜੀ ਨੇ ਆਪਣੇ, ਅਤੇ ਉਹ ਕਹਿੰਦੇ ਸੀ ਚੌਂਕਾ ਚਾਹੀਦਾ ਆਪਾਂ ਨੂੰ ਇਲੈਕਸ਼ਨ ਦੇ ਟਾਈਮ ਦੇ ਵਿੱਚ, ਅਤੇ ਉਹਨਾਂ ਨੇ ਮੰਗਵਾਇਆ ਸਪੈਸ਼ਲ। ਜਦੋਂ ਫਸਟ ਟਾਈਮ ਮੈਂ ਨਿਊਜ਼ 18 ਨਾਲ ਇੰਟਰਵਿਊ ਦੇ ਰਹੇ ਸੀਗੇ, ਮੈਂ ਲਿਆ ਖੜਾ ਕੀਤਾ ਇੱਥੇ, ਮੇਰੇ ਕੋਲ ਸਾਰੀਆਂ ਵੀਡੀਓ ਪਈਆਂ, ਪਰ ਨਾ ਦਿਲ ਨੂੰ ਹੋਲ ਜੇ ਪੈਂਦੇ ਹੁਣ ਕੀ ਕਰੀਏ। ਅਤੇ ਬਾਈ ਨੇ ਨਿਊਜ਼ ਮਤਲਬ ਇੰਟਰਵਿਊ ਛੱਡ ਕੇ ਆ ਗਏ ਸਿੱਧੇ ਹੀ, ਉਹ ਕਹਿੰਦੇ ਬਾਈ ਜੀ ਮਤਲਬ ਪਹਿਲਾਂ ਜਾਊਂਗਾ ਦੇਖ ਲਈਏ। ਉਹਨਾਂ ਨੂੰ ਮਤਲਬ ਸਾਈਡ 'ਤੇ ਕਰਕੇ ਅਤੇ ਅਸੀਂ ਮਤਲਬ ਬਾਈ ਜੀ ਨਾਲ ਮਿਲੇ, ਬਹੁਤ ਪਿਆਰ ਨਾਲ ਮਿਲੇ ਬਾਈ ਨਾਲ, ਬਹੁਤ ਪਿਆਰ ਪ੍ਰੇਮ ਹੋਇਆ ਉਦੋਂ ਹੀ, ਮਤਲਬ ਗੱਲਬਾਤ ਇੱਦਾਂ ਦੀ ਹੋਈ। ਅਤੇ ਜਦੋਂ ਬਾਈ ਜੀ ਨਾਲ ਰਹੇ ਅਸੀਂ ਘੱਟੋ ਘੱਟ ਵੀ 2 ਜਾਂ 3 ਦਿਨ ਰਹੇ ਹੋਵਾਂਗੇ ਨਾਲ। ਜਦੋਂ ਵੀ ਆਪਣੇ ਰੈਲੀ ਕੱਢੀ ਸੀ ਫਸਟ ਉਹਨਾਂ ਨੇ, ਅਤੇ ਫਸਟ ਟਾਈਮ ਆਪਣਾ ਚੌਂਕਾ ਅੱਗੇ ਲੱਗਿਆ ਸੀਗਾ, ਅਤੇ ਬਾਈ ਜੀ ਉਹਨਾਂ ਨੇ ਵੀ ਇਹ ਸਲਾਹ ਵੀ ਕੀਤੀ ਸੀ, ਕਹਿੰਦੇ ਮਤਲਬ ਇਹਨੂੰ ਇੱਥੇ ਰੱਖਾਂਗੇ 3-4 ਮਹੀਨੇ ਸਾਡੇ ਕੋਲ ਰਹੋ। ਬਟ ਥੋੜ੍ਹਾ ਜਿਹਾ ਛੋਟੇ ਬ੍ਰਦਰ ਦੀ ਮੈਰਿਜ ਸੀਗੀ, ਅਸੀਂ ਫਿਰ ਵਾਪਸ ਚਲੇ ਗਏ ਛੱਡ ਕੇ, ਅਤੇ ਬਾਈ ਹੁਣਾਂ ਕੋਲ ਰਿਹਾ 2-3 ਮਹੀਨੇ ਉਹਨਾਂ ਨੇ ਚਲਾਇਆ। ਅਤੇ ਇੰਨਾ ਸਾਡਾ ਮਤਲਬ ਖੁਸ਼ਕਿਸਮਤ ਸਮਝ ਲਓ ਵੀ ਜਿਹੜਾ ਸਾਡਾ ਨਾਂ ਲਿਆ ਉਹਨਾਂ ਨੇ ਵਿੱਚ, ਵੀ ਮੁੰਡੇ ਅਬੋਹਰ ਤੋਂ ਨੇ, ਉਹ ਸ਼ਾਇਦ ਮੇਰੇ ਕੋਲ ਵੀਡੀਓ ਕਲਿੱਪ ਵੀ ਪਈ ਆ। ਅਤੇ ਉਹਨਾਂ ਨਾਲ ਮਤਲਬ ਪ੍ਰੇਮ ਇੱਦਾਂ ਦਾ ਸੀਗਾ ਕਿ ਭਰਾਵਾਂ ਵਾਂਗੂ ਸਮਝਦੇ, ਇਹ ਨਹੀਂ ਸੀ ਫਸਟ ਟਾਈਮ ਮਿਲੇ ਜਾਂ ਲਾਸਟ ਟਾਈਮ ਮਿਲੇ, ਵੀ ਇੰਨਾ ਪਿਆਰ ਸੀਗਾ ਵੀ ਉਹਨਾਂ ਨੇ ਮਹਿਸੂਸ ਨਹੀਂ ਹੋ ਦਿੱਤਾ ਵੀ ਅਸੀਂ ਕੋਈ ਮਤਲਬ ਬਾਹਰੋਂ ਆਏ ਜਾਂ ਮਤਲਬ ਵੱਖਰੇ ਜਾਂ ਕੁਛ ਵੀ ਆ। ਅਤੇ ਸਾਡਾ ਨਾ ਇਹ ਚੌਂਕਾ ਚੱਲ ਗਿਆ ਸੀ ਬਾਈ ਜੀ ਦਾ ਨਾ ਪੂਰੇ ਹੋਣ ਤੋਂ ਪਹਿਲਾਂ, ਵੀ ਅਸੀਂ ਗੋਆ ਸੇਲ ਕਰਤਾ ਸੀ। ਅਤੇ ਉਸ ਤੋਂ ਬਾਅਦ ਜਦੋਂ ਆ ਨਿਊਜ਼ ਆਈ, ਨਿਊਜ਼ ਆਉਣ ਤੋਂ ਬਾਅਦ ਮਤਲਬ ਦਿਲ ਨੂੰ ਇੰਨਾ ਹੋਲ ਪਿਆ ਸੀ, ਉੱਥੋਂ ਫਿਰ ਵਾਪਸ ਮੰਗਵਾਇਆ, ਮੰਗਵਾ ਕੇ ਅਤੇ ਫਿਰ ਅਸੀਂ ਮਤਲਬ ਵਾਪਸ ਤਿਆਰ ਕਰਕੇ ਹੁਣ ਇੱਥੇ ਲਿਆ। ਕਿੰਨੇ ਕੁ ਜੌਂਕੇ ਇਸ ਤੋਂ ਪਹਿਲਾਂ ਤਿਆਰ ਕੀਤੇ? ਇਸ ਤੋਂ ਪਹਿਲਾਂ ਬਾਈ ਜੀ 4 ਤੋਂ 5 ਕਰਤੇ ਆ, ਬੰਬੇ ਕੀਤੇ ਆ ਉਹ, 1 ਬੈਂਗਲੋਰ ਆ, 3 ਬੰਬੇ। ਇਹ ਵੀਰ ਜੀ 20 ਤੋਂ 25 ਲੱਖ ਰੁਪਏ ਕੋਸਟ ਆ ਜੀ। ਕਿਹੜਾ ਇੰਜਨ ਲੱਗਦਾ ਕੀ? ਇਹ ਵੀਰ ਜੀ ਇੰਜਨ ਇਹਦੇ ਵਿੱਚ ਨਾ ਆਪਣੇ ਮਰਜ਼ੀ ਦਾ ਹੁੰਦਾ, ਜਿਵੇਂ ਕਸਟਮਰ ਦਾ, ਪੈਟਰੋਲ ਵੀ ਰੱਖ ਲੈਂਦੇ, ਡੀਜ਼ਲ ਵੀ ਰੱਖ ਲੈਂਦੇ ਆ, ਬਟ ਪ੍ਰੈਫਰ ਹੈ ਵੀ ਮਤਲਬ ਅਸੀਂ 4 ਸਿਲੰਡਰ ਜਾਂ 6 ਸਿਲੰਡਰ ਇੰਜਨ ਧਰੀਏ ਇਹਦੇ ਵਿੱਚ। ਪੰਜਾਬ ਦੇ ਵਿੱਚ ਕਿਹੜੀ ਪਰਸਨੈਲਿਟੀ ਨੇ ਤੁਸੀਂ ਜੌਂਕਾ ਦਿੱਤਾ? ਪੰਜਾਬ ਦੇ ਵਿੱਚ ਫਸਟ ਆਪਣੇ ਸਿੱਧੂ ਮੂਸੇਵਾਲੇ ਬਾਈ ਨੇ ਦਿੱਤਾ ਸੀਗਾ। ਫਾਈਨਲੀ ਗਾਇਜ਼ ਆਪਾਂ ਸਿੱਧੂ ਮੂਸੇਵਾਲੇ ਦੇ ਘਰੇ ਆਏ ਸੀ, ਰੇਹ ਲੈ ਕੇ ਅਤੇ ਚੌਂਕਾ ਲੈ ਕੇ ਉਹਨਾਂ ਦੇ ਫਾਦਰ ਸਾਹਿਬ ਨੂੰ ਮਿਲੇ।